ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਮੈਂ ਹਾਂ सुरेंद्र ਡੱਲਾ ਪੰਜਾਬ ਇਸ ਵੇਲੇ ਵਿੱਚ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਅੱਜ ਦੇ ਵੱਡੇ ਅਪਡੇਟ ਸਾਂਝੇ ਕਰ ਲਈਏ 1731 ਪੋਜ਼ਿਟਿਵ ਮਰੀਜ਼ਾਂ ਦਾ ਕੁੱਲ ਅੰਕੜਾ ਪੰਜਾਬ ਦੇ ਵਿੱਚ ਪਹੁੰਚ ਗਿਆ ਹੈ ਔਰ 1550 ਮਰੀਜ਼ ਇਸ ਵਕਤ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਦੇ ਨੇ ਔਰ ਸੈਂਪਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਤੱਕ ਕੁੱਲ 37950 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਵਿੱਚੋਂ 31219 ਸੈਂਪਲਾਂ ਦੀਆਂ ਰਿਪੋਰਟਾਂ 네ਗੇਟਿਵ ਆ ਚੁੱਕੀਆਂ ਨੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੁਣ 5000 ਸੈਂਪਲਾਂ ਦਾ ਨਤੀਜਾ ਆਉਣਾ ਹਾਲ ਦੀ ਘੜੀ ਬਾਕੀ ਦੱਸਿਆ ਜਾ ਰਿਹਾ ਹੈ ਔਰ ਹੁਣ ਤੱਕ ਪੰਜਾਬ ਦੇ ਵਿੱਚ 152 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਨੇ ਐਕਟਿਵ ਕੇਸਾਂ ਦੀ ਗਿਣਤੀ ਪੰਜਾਬ ਦੇ ਵਿੱਚ 550 ਹੈ ਇੱਕ ਮਰੀਜ਼ ਪੰਜਾਬ ਚ ਆਕਸੀਜਨ ਤੇ ਆ ਤੇ ਇੱਕ ਹੋ ਮਰੀਜ਼ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਪੰਜਾਬ ਦੇ ਵਿੱਚ ਸਵਰਗਵਾਸ ਹੋਣ ਵਾਲੇ ਮਰੀਜ਼ਾਂ ਦਾ ਕੁੱਲ ਆਂਕੜਾ 29 ਤੇ ਐਲਾਨ ਦਿੱਤਾ ਗਿਆ ਉਧਰ ਅੱਜ ਪੰਜਾਬ ਦੇ ਵਿੱਚ ਕੁੱਲ 87 ਨਵੇਂ ਕੇਸ ਨੇ ਜਿਹੜੇ ਉਹਨਾਂ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ 8 ਮਈ ਨੂੰ 87 ਨਵੇਂ ਕੇਸਾਂ ਦਾ ਅਤੇ ਸਭ ਤੋਂ ਪਹਿਲਾਂ ਦੱਸ ਦਈਏ ਕਿ ਕਿੰਨੇ ਕਿੰਨੇ ਕੇਸ ਅੱਜ ਪੰਜਾਬ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਐਲਾਨੇ ਗਏ ਨੇ ਤਰਨਤਾਰਨ ਦੇ ਵਿੱਚ 11 ਨਵੇਂ ਕੇਸ ਨੇ ਜਿਹੜੇ ਅੱਜ ਦੱਸੇ ਗਏ ਨੇ ਪੰਜਾਬ ਸਰਕਾਰ ਦੇ ਮੈਡੀਕਲ ਬੁਲੇਟਿਨ ਦੇ ਮੁਤਾਬਕ ਔਰ ਗੁਰਦਾਸਪੁਰ ਦੇ ਵਿੱਚ 24 ਦੱਸੇ ਗਏ ਨੇ ਇਹਨਾਂ ਦੇ ਵਿੱਚੋਂ 17 ਬਿਲਕੁਲ ਨਵੇਂ ਕੇਸ ਨੇ ਜਿਹੜੇ ਦੂਜੇ ਸੂਬਿਆਂ ਨਾਲ ਸਬੰਧਤ ਹੋ ਸਕਦੇ ਨੇ ਔਰ ਬਾਕੀਆਂ ਦੀ ਇਨਫੋਰਮੇਸ਼ਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਤਰਨਤਾਰਨ ਦੇ ਵਿੱਚ ਵੀ ਜਿਹੜਾ ਸਬੰਧ ਹੈ ਉਹ ਦੂਜੇ ਸੂਬਿਆਂ ਤੋਂ ਆਏ ਸਾਡੇ ਪੰਜਾਬੀ ਪੋਜ਼ੀਟਿਵ ਹੋਏ ਨੇ ਬਰਨਾਲਾ ਤੋਂ ਇੱਕ ਕੇਸ ਹੈ ਕੰਬਾਈਨ ਵਰਕਰ ਦਾ ਇਹ ਦਿਖਾਇਆ ਗਿਆ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੁੱਲ 18 ਨਵੇਂ ਕੇਸ ਦੱਸੇ ਗਏ ਨੇ ਇਹਨਾਂ ਦੇ ਵਿੱਚੋਂ ਜਿਹੜੇ 10 ਕੇਸ ਨੇ ਉਹਨਾਂ ਦਾ ਸਬੰਧ ਵੀ ਪੰਜਾਬ ਨਾਲੋਂ ਬਾਹਰ ਹੈ ਔਰ ਇਹ 10 ਕੇਸ ਨੇ ਜਿਹੜੇ ਇੱਕ ਕਵਰੰਟਾਈਨ ਕਰਦੇ ਲੋਕਾਂ ਦੇ ਐ ਕਵਰੰਟਾਈਨ ਕਰ ਰਹੇ ਸਨ ਵੱਖ-ਵੱਖ ਥਾਵਾਂ ਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਔਰ ਸ਼ਹੀਦ ਭਗਤ ਸਿੰਘ ਨਗਰ ਦੇ ਦੇ ਸਿਵਲ ਸਰਜਨ ਵੱਲੋਂ ਇੱਕ ਬਕਾਇਦਾ ਇੱਕ ਪ੍ਰੈਸ ਨੋਟ ਵੀ ਇਸ ਮਾਮਲੇ ਤੇ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ 10 ਲੋਕ ਕਵਰੰਟਾਈਨ ਕਰਦੇ ਸੀ ਜਿਹੜੇ ਪੋਜ਼ਿਟਿਵ ਪਾਏ ਗਏ ਇਹਨਾਂ ਨੂੰ ਹਸਪਤਾਲ ਭੇਜਿਆ ਗਿਆ ਤੇ 8 ਲੋਕ ਹੋਰ ਨੇ ਇਹਨਾਂ ਦੇ ਵਿੱਚੋਂ 4 ਨੇ ਜਿਹੜੇ ਨਵੇਂ ਕੇਸ ਨੇ ਔਰ ਕੁੱਲ 8 ਨੇ ਜਿਹੜੇ ਇਹਨਾਂ ਦਾ ਸੰਬੰਧ ਕਿਤੇ ਨਾ ਕਿਤੇ ਇਹਨਾਂ ਦੀ ਟਰੈਵਲ ਹਿਸਟਰੀ ਵੀ ਰਹੀ ਹੈ ਆਂਦੇ ਜਾਂਦੇ ਰਹੇ ਨੇ ਇਹ ਦੂਜੇ ਸੂਬਿਆਂ ਦੇ ਵਿੱਚ ਵੀ ਔਰ ਇਹਨਾਂ ਦੀ ਟਰੈਵਲ ਹਿਸਟਰੀ ਦੱਸਿਆ ਗਿਆ ਸੋ ਇਸ ਕਰਕੇ ਕੁੱਲ 18 ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆਏ ਨੇ ਬਠਿੰਡਾ ਦੇ ਵਿੱਚ ਇੱਕ ਨਵਾਂ ਕੇਸ ਆਇਆ ਹੈ ਮਾਨਸਾ ਦੇ ਵਿੱਚ ਵੀ ਇੱਕ ਨਵਾਂ ਕੇਸ ਆਇਆ ਇੱਕ ਨਵਾਂ ਕੇਸ ਹੈ ਜਿਹੜਾ ਇਹ ਵੀ ਇੱਕ ਮਜ਼ਦੂਰ ਦਾ ਕੇਸ ਹੈ ਜਲੰਧਰ ਦੇ ਵਿੱਚ 11 ਆਏ ਨੇ ਇਨਫੋਰਮੇਸ਼ਨ ਇਹਨਾਂ ਬਾਰੇ ਹਜੇ ਪਤਾ ਨਹੀਂ ਲੱਗ ਸਕੀ ਕਿ ਇਹ 11 ਕਿਹੜੇ ਨੇ ਇਹ 11 ਅੱਜ ਸਿਹਤ ਵਿਭਾਗ ਨੇ ਐਲਾਨੇ ਨੇ ਫਤਗੜ ਸਾਹਿਬ ਦੇ ਵਿੱਚ ਚਾਰ ਕੇਸ ਦੱਸੇ ਗਏ ਨੇ ਤਿੰਨ ਬਿਲਕੁਲ ਨਵੇਂ ਕੇਸ ਨੇ ਔਰ ਇੱਕ ਕੇਸ ਪੁਰਾਣੇ ਮਰੀਜ਼ ਦੇ ਸੰਪਰਕ ਚੋਂ ਆਏ। ਅੰਮ੍ਰਿਤਸਰ ਚ ਕੁੱਲ 11 ਆਏ ਨੇ 10 ਬਿਲਕੁਲ ਨਵੇਂ ਨੇ। ਪਾਬ ਜਿਨ੍ਹਾਂ ਦਾ ਸਬੰਧ ਪੰਜਾਬ ਨਾਲੋਂ ਬਾਹਰੋਂ ਹੈ ਔਰ ਇੱਕ ਨਵਾਂ ਕੇਸ ਹੈ ਜਿਹਦੇ ਬਾਰੇ ਜਾਣਕਾਰੀ ਲਈ ਜਾ ਰਹੀ ਹੈ। 5 ਕੇਸ ਕਪੂਰਥਲਾ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਮੀਡੀਆ ਬੁਲੇਟਿਨ ਵਿੱਚੋਂ ਦੱਸੇ ਗਏ ਨੇ। ਉਧਰ ਕੁੱਲ ਕੇਸਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਕੁੱਲ ਕੇਸ 287 ਐਲਾਨੇ ਗਏ ਨੇ ਜਿਨ੍ਹਾਂ ਦੇ ਵਿੱਚੋਂ 276 ਅੱਜ ਤੱਕ ਬਿਲਕੁਲ ਐਕਟਿਵ ਨੇ 8 ਮਰੀਜ਼ ਅੱਜ ਤੱਕ ਅਮਰਸਰ 'ਚ ਠੀਕ ਹੋਏ ਨੇ ਜਲੰਧਰ 'ਚ ਕੁੱਲ ਮਰੀਜ਼ 158 ਐਲਾਨੇ ਗਏ ਨੇ ਜਦ ਕਿ ਐਕਟਿਵ 141 ਨੇ 12 ਠੀਕ ਹੋਏ ਨੇ ਤਰਨਤਾਰਨ ਦੇ ਵਿੱਚ ਕੁੱਲ ਕੇਸ ਨੇ ਜਿਹੜੇ ਮੀਡੀਆ ਬੁਲੇਟਿਨ ਦੇ ਵਿੱਚ 157 ਦਿਖਾਏ ਗਏ ਨੇ 157 ਐਕਟਿਵ ਨੇ ਪਰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁੱਲ 161 ਹੋ ਗਏ ਨੇ 104 ਹੋਰ ਤਰਨਤਾਰਨ ਜ਼ਿਲ੍ਹੇ ਚ ਕੇਸ ਆਏ ਨੇ ਸੋ ਮੀਡੀਆ ਬੁਲੇਟਿਨ ਤੋਂ ਵੱਖਰੀ ਜਾਣਕਾਰੀ ਡਿਪਟੀ ਕਮਿਸ਼ਨਰ ਦੀ ਗੱਲ ਵੀ ਸੁਣਾਉਣੀ ਆ ਆਓ ਸੁਣਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਬਰਵਾਲ ਕੀ ਕਹਿ ਰਹੇ ਨੇ ਤਰਨਤਾਰਨ ਦੇ ਵਿੱਚ ਜਿਹੜੀ ਪਹਿਲਾਂ ਸੀਗੇ ਸਾਡੇ ਕੋਲ 157 ਟੋਟਲ ਕੇਸ ਸੀਗੇ ਜਿਹੜੇ ਕਿ ਪੋਜ਼ਿਟਿਵ ਸੀਗੇ ਅੱਜ 4 ਹੋਰ ਨਵੇਂ ਕੇਸ ਆਏ ਨੇ ਜਿਹੜੇ ਪੋਜ਼ਿਟਿਵ ਨੇ ਤੇ ਉਸ ਜਿਸ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਕੇਸਾਂ ਦੀ ਗਿਣਤੀ ਜਿਹੜੀ ਆ ਉਹ 161 ਹੋ ਗਈ ਉਧਰ ਲੁਧਿਆਣਾ ਦੇ ਵਿੱਚ 125 ਕੇਸਾਂ ਦਾ ਕੁੱਲ ਅੰਕੜਾ 112 ਐਕਟਿਵ ਨੇ 8 ਹਸਪਤਾਲਾਂ ਚ ਨੇ ਗੁਰਦਾਸਪੁਰ ਚ ਕੁੱਲ 115 ਨੇ 114 ਐਕਟਿਵ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੁੱਲ ਅੰਕੜਾ 103 ਦਾ ਹੋ ਗਿਆ 84 ਐਕਟਿਵ ਨੇ ਔਰ 18 ਉਥੇ ਠੀਕ ਹੋਏ ਨੇ ਸਹਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ 95 ਦਾ ਅੰਕੜਾ ਹੈ 40 ਐਕਟਿਵ ਨੇ 52 ਠੀਕ ਹੋ ਚੁੱਕੇ ਨੇ ਔਰ ਪਟਿਆਲਾ ਦੇ ਵਿੱਚ ਕੁੱਲ 95 ਦੱਸੇ ਜਾ ਰਹੇ ਨੇ 79 ਉਥੇ ਐਕਟਿਵ ਨੇ ਔਰ 14 ਠੀਕ ਹੋਏ ਨੇ ਔਰ ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਵਿੱਚ ਕੁੱਲ 99 ਦਾ ਅੰਕੜਾ ਹੈ 80 ਨੇ ਜਿਹੜੇ ਉਹ ਐਕਟਿਵ ਨੇ ਔਰ 6 ਠੀਕ ਹੋਏ ਨੇ ਸੰਗਰੂਰ ਦੇ ਵਿੱਚ ਅੰਕੜਾ ਸਰਕਾਰੀ 88 ਦਾ ਦੱਸਿਆ ਜਾ ਰਿਹਾ ਹੈ 85 ਜਿਹੜੇ ਨੇ ਉਹ ਉੱਥੇ ਕੁੱਲ ਐਕਟਿਵ ਕੇਸ ਨੇ ਜਿਹੜੇ ਉਹ ਦੱਸੇ ਜਾ ਰਹੇ ਨੇ ਸਰਕਾਰੀ ਰਿਕਾਰਡ ਦੇ ਮੁਤਾਬਕ ਮੁਕਸਰ ਦੇ ਵਿੱਚ ਕੁੱਲ 65 ਦੱਸੇ ਜਾ ਰਹੇ ਨੇ 64 ਐਕਟਿਵ ਹੈ ਮੋਗਾ ਦੇ ਵਿੱਚ ਕੁੱਲ 56 ਅੱਜ ਤੱਕ ਦੱਸੇ ਜਾ ਰਹੇ ਨੇ 52 ਐਕਟਿਵ ਨੇ ਫਰੀਦਕੋਟ ਦੇ ਵਿੱਚ ਸਰਕਾਰੀ ਰਿਕਾਰਡ ਚ 45 ਕੁੱਲ ਨੇ 42 ਐਕਟਿਵ ਨੇ ਫਿਰੋਜ਼ਪੁਰ ਚ 43 ਕੁੱਲ ਨੇ 41 ਐਕਟਿਵ ਨੇ ਬਠਿੰਡਾ ਦੇ ਵਿੱਚ 40 ਕੁੱਲ ਨੇ 40 ਐਕਟਿਵ ਨੇ ਫਾਜ਼ਿਲਕਾ ਚ ਕੁੱਲ 39 ਦੱਸੇ ਜਾ ਰਹੇ ਨੇ 39 ਐਕਟਿਵ ਨੇ ਪਠਾਨਕੋਟ ਦੇ ਵਿੱਚ 27 ਮਰੀਜ਼ ਜਿਹੜੇ ਨੇ ਕੁੱਲ ਦੱਸੇ ਜਾ ਰਹੇ ਨੇ 16 ਦੱਸੇ ਜਾ ਰਹੇ ਨੇ ਐਕਟਿਵ 10 ਉੱਥੇ ਠੀਕ ਹੋਏ ਨੇ ਹਾਲਾਂਕਿ ਪਠਾਨਕੋਟ ਦੇ ਵਿੱਚ ਇਹ ਵੀ ਜਾਣਕਾਰੀਆਂ ਨੇ ਕਿ ਤਿੰਨ ਹੋਰ ਮਰੀਜ਼ਾਂ ਦੀਆਂ ਜਿਹੜੇ ਇਲਾਜ ਦੀਨ ਸੀ ਉਹਨਾਂ ਦੀਆਂ ਤਿੰਨ ਦੀਆਂ ਰਿਪੋਰਟਾਂ ਮਡਲੀਆਂ ਰਿਪੋਰਟਾਂ 네ਗੇਟਿਵ ਆਈਆਂ ਨੇ ਹਾਲਾਂਕਿ ਜਦੋਂ ਦੋ ਰਿਪੋਰਟਾਂ 네ਗੇਟਿਵ ਆ ਜਾਂਦੀਆਂ ਨੇ ਫੇਰ ਛੁੱਟੀ ਦੇ ਦਿੰਦੇ ਨੇ ਫਤਗੜ ਸਾਹਿਬ ਦੇ ਵਿੱਚ ਕੁੱਲ 24 ਨੇ 22 ਐਕਟਿਵ ਨੇ ਕਪੂਰਥਲਾ ਚ ਕੁੱਲ 23 ਨੇ 19 ਐਕਟਿਵ ਨੇ ਬਰਨਾਲਾ ਚ ਅੱਜ ਤੱਕ 21 ਹੋ ਗਏ ਨੇ ਪਰ 19 ਐਕਟਿਵ ਨੇ ਹਸਪਤਾਲਾਂ ਚ ਨੇ ਮਾਨਸਾ ਚ ਅੱਜ ਤੱਕ 20 ਹੋਏ ਨੇ 15 ਐਕਟਿਵ ਨੇ ਰੋਪੜ ਚ ਅੱਜ ਤੱਕ 16 ਹੋਏ ਨੇ 13 ਐਕਟਿਵ ਨੇ ਸੋ ਪੰਜਾਬ ਸਰਕਾਰ ਦੇ ਮਤਾਬਕ 1731 ਐਕਟਿਵ ਨੇ ਚਾਰ ਤਰਨ ਤਰਨ ਦੇ ਹੋਰ ਜੋੜ ਲਏ 1735 ਤੇ ਕੁਲ ਆਂਕੜਾ ਬਣਦਾ ਹੈ 1554 ਮਰੀਜ਼ ਵੱਖ-ਵੱਖ ਹਸਪਤਾਲਾਂ ਚ ਨੇ 152 ਹੁਣ ਤੱਕ ਠੀਕ ਹੋ ਚੁੱਕੇ ਨੇ ਔਰ 29 ਦੁਨੀਆ ਤੋਂ ਵਿਦਾ ਹੋ ਚੁੱਕੇ ਨੇ ਔਰ ਜਿਹੜੇ ਜਿਹੜੇ ਅੱਜ ਮਰੀਜ਼ ਠੀਕ ਹੋਏ ਨੇ ਤਿੰਨ ਅੱਜ ਸਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਹੋਰ ਠੀਕ ਹੋ ਗਏ ਨੇ ਆ ਔਰ ਇਹਨਾਂ ਦੇ ਵਿੱਚੋਂ ਇੱਕ ਹੋਰ ਮਰੀਜ਼ਾ ਜਿਹੜਾ ਉਹ ਦੱਸਿਆ ਗਿਆ ਹੈ ਸਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ ਕੱਲ ਦੇ ਨਾਲੋਂ ਜ਼ਿਆਦਾ ਜਿਹੜਾ ਸਵਰਗਵਾਸ ਹੋਇਆ ਔਰ ਕੁੱਲ ਅੰਕੜਾ ਸਵਰਗਵਾਸ ਹੋਣ ਵਾਲਿਆਂ ਦਾ 19 ਹੋ ਗਿਆ। ਸੋ ਇਹ ਮਰੀਜ਼ ਅੱਜ ਐਲਾਨਿਆ ਗਿਆ ਹੈ ਮੋਹਾਲੀ ਵੱਲੋਂ। ਉਧਰ ਪੰਜਾਬ ਮੰਤਰੀ ਵੰਡਲ ਵੱਲੋਂ ਅਰਥਚਾਰੇ ਅਤੇ ਉਦਯੋਗ ਦੀ ਪੁਨਰਸੁਰਜੀਤੀ ਲਈ ਆបਕਾਰੀ ਨੀਤੀ ਅਤੇ ਕਿਰਤ ਕਾਨੂੰਨਾਵਾਂ 'ਚ ਬਦਲਾਅ ਕਰਨ ਵਾਲੇ ਵਿਚਾਰ ਵਿਟਾਂਦਰਾ ਕੀਤਾ ਗਿਆ। ਮੰਤਰੀਆਂ ਨੇ ਆបਕਾਰੀ ਵਿਭਾਗ ਪਾਸੋਂ ਵਿਸਥਾਰਤ ਪ੍ਰਸਤਾਵ ਮੰਗਿਆ। ਔਰ ਮਜ਼ਦੂਰਾਂ ਨੂੰ ਰੱਖਣ ਲਈ ਸਾਰੇ ਭਲਾਈ ਦੇ ਕਦਮ ਚੁੱਕੇ ਜਾਣ ਮੁੱਖ ਮੰਤਰੀ ਨੇ ਉਦਯੋਗ ਵਿਭਾਗ ਨੂੰ ਹੁਕਮ ਦਿੱਤੇ ਨੇ ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਕਾਮੇ ਮਜ਼ਦੂਰ ਔਰ ਦੂਸਰੇ ਸੂਬਿਆਂ ਦੇ ਵਾਸੀ ਬਾਹਰ ਜਾ ਰਹੇ ਨੇ કુલ 10 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਪੰਜਾਬ ਸਰਕਾਰ ਚਿੰਤਤ ਹੈ ਉਹ ਚਾਹੁੰਦੀ ਹੈ ਕਿ ਸਾਰਿਆਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਰੋਜ਼ਗਾਰ ਦੇ ਨਾਲ ਜੁੜੇ ਰਹਿਣ ਬੇਰੁਜ਼ਗਾਰ ਹੋ ਕੇ ਪੰਜਾਬ ਛੱਡ ਕੇ ਨਾ ਜਾਣ ਉਹ ਖੁਸ਼ੀ-ਖੁਸ਼ੀ ਜਾਣ ਜਦੋਂ ਹਾਲਾਤ ਚੰਗੇ ਬਣਦੇ ਨੇ ਤੇ ਜਿਵੇਂ ਉਹ ਆਮ ਤੌਰ ਤੇ ਦਿਨ ਤਿਹਾਰ ਦੇ ਮੌਕੇ ਜਾਂ ਛੁੱਟੀਆਂ ਦੇ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਜਾਇਆ ਕਰਦੇ ਨੇ ਮੰਤਰੀ ਮੰਡਲ ਦੀ ਬੈਠਕ ਅੱਜ ਪੰਜਾਬ ਦੀ ਹੋਈ ਸੀ ਕੈਬਨਟ ਜਿਹੜੀ ਹੈ ਵੀਡੀਓ ਕਾਨਫਰencing ਦੇ ਰਾਹੀਂ ਜੁੜੀ ਸੁਖਜਿੰਦਰ ਰੰਦਾਵਾ ਵੀਡੀਓ ਕਾਨਫਰencing ਦੇ ਜ਼ਰੀਏ ਜੁੜੇ ਬ੍ਰਹਮਹਿੰਦਰਾ ਜੁੜੇ ਜਿਹੜੇ ਸੋਢੀ ਨੇ ਸਾਡੇ ਕੈਬਨਟ ਮੰਤਰੀ ਰਾਣਾ ਗੁਰਜੀਤ ਸੋਢੀ ਫਿਰੋਜ਼ਪੁਰ ਤੋਂ ਉਹ ਵੀ ਕੈਬਨਟ ਮੀਟਿੰਗ ਦੇ ਵਿੱਚ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਜੁੜੇ ਸੋ ਪੰਜਾਬ ਦੇ ਸਾਰੇ ਹਾਲਾਤਾਂ ਤੇ ਨਰੀਖਣ ਕੀਤਾ ਗਿਆ ਔਰ ਮੁੱਖ ਮੰਤਰੀ ਵੱਲੋਂ ਕੋਵਿਡ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਦਾ ਫੈਸਲਾ ਵੀ ਉਹਨਾਂ ਨੇ ਕਿਹਾ ਕਿ ਸਵੇ ਇੱਛਾ ਹੋਣਾ ਚਾਹੀਦਾ ਸੋ ਉਹਨਾਂ ਨੇ ਸਰਕਾਰੀ ਮੁਲਾਜ਼ਮਾਂ ਲਈ ਵੀ ਕਿਹਾ ਕਿ ਉਹ ਔਰ ਦੂਸਰੇ ਵਰਗ ਵੀ ਉਹ ਵੱਧ ਤੋਂ ਵੱਧ ਮਦਦਾਂ ਜਿਹੜੀ ਕਰ ਸਕਦੇ ਨੇ ਜਿਵੇਂ ਉਹਨਾਂ ਨੂੰ ਠੀਕ ਲੱਗਦੀ ਹੈ ਉਦੋਂ ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਦੀਆਂ ਬੰਦਿਸ਼ਾਂ ਵਿੱਚ ਰਹਿਤਾ ਤੋਂ ਬਾਅਦ 9500 ਜਿਹੜੇ ਯੂਨਿਟ ਨੇ ਉਹ ਕਾਰਜਸ਼ੀਲ ਹੋਏ ਨੇ ਤੇ ਮੁੱਖ ਮੰਤਰੀ ਉਹਨਾਂ ਦਾ ਸਵਾਗਤ ਕਰਦੇ ਨੇ ਉਧਰ ਮੁੱਖ ਮੰਤਰੀ ਨੇ ਵੱਡੀ ਜਾਣਕਾਰੀ ਦਿੱਤੀ ਹੈ ਕਿ 10 ਲੱਖ ਤੋਂ ਜ਼ਿਆਦਾ ਲੋਕ ਰਜਿਸਟਰ ਹੋਏ ਸੀ ਪਰ ਇਹਨਾਂ ਵਿੱਚੋਂ ਹੁਣ ਤੱਕ 35 ਫੀਸਦੀ ਨੇ ਹੀ ਪੰਜਾਬ ਵਿੱਚ ਪੰਜਾਬ ਵਿੱਚ ਰੁਕਣ ਦਾ ਫੈਸਲਾ ਕੀਤਾ ਉਹਨਾਂ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ ਚਾਲੂ ਵਿੱਤੀ ਵਰੇ ਦੇ ਬਜਟ ਵਿੱਚ ਐਲਾਨੇ ਚਾਰ ਉਦਯੋਗਿਕ ਪਾਰਕਾਂ ਦੇ ਵਿਕਾਸ ਦੇ ਕੰਮ ਦੀ ਨਿਗਰਾਨੀ ਵੀ ਪੂਰੀ ਮੁਸਤੈਦਗੀ ਦੇ ਨਾਲ ਕੀਤੀ ਜਾਵੇ ਤਾਂ ਕਿ ਪੰਜਾਬ ਨੂੰ ਉਦਯੋਗਿਕ ਤਰੱਕੀ ਦੀ ਰਾਹ ਤੇ ਲਿਜਾਇਆ ਜਾ ਸਕੇ ਉਧਰ ਸੰਨੀਤੀ ਕੇਂਦਰ ਲੁਧਿਆਣਾ ਦੀ ਐਸ ਐਚਓ ਬੀਬੀ ਅਰਸ਼ਪ੍ਰੀਤ ਕੌਰ ਵੀ ਜਨਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚੋਂ ਠੀਕ ਹੋ ਕੇ ਆਪਣੇ ਘਰ ਚਲੇ ਗਏ ਨੇ ਅੱਜ ਉਹਨਾਂ ਨੂੰ ਛੁੱਟੀ ਮਿਲੀ ਜਦੋਂ ਉਹਨਾਂ ਦੇ ਸਾਥੀ ਪੁਲਿਸ ਅਫਸਰ ਅਤੇ ਮੁਲਾਜ਼ਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਉਹਨਾਂ ਨੇ ਜਨਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਵੀ ਧੰਨਵਾਦ ਕੀਤਾ ਔਰ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਇਸ ਤੋਂ ਪਹਿਲਾਂ ACP ਅਨਿਲ ਕੋਲੀ ਦੇ ਨਾਲ ਮੁਲਾਜ਼ਮ ਰਹੇ ਇੱਕ ਕਾਂਸਟੇਬਲ ਨੂੰ ਫਿਰੋਜ਼ਪੁਰ ਤੋਂ ਛੁੱਟੀ ਮਿਲ ਚੁੱਕੀ ਹੈ ਲੁਧਿਆਣਾ ਪੁਲਿਸ ਦਾ ਇੱਕ ਥਾਣੇਦਾਰ ਵੀ ਪਹਿਲਾਂ ਠੀਕ ਹੋ ਕੇ ਆਪਣੇ ਘਰ ਜਾ ਚੁੱਕਿਆ ਸੋ ਪੁਲਿਸ ਦੇ ਅਫਸਰ ਵੀ ਠੀਕ ਹੋ ਰਹੇ ਨੇ ਉਂਝ ਪੰਜਾਬ ਚ ਬਹੁਤ ਥਾਵਾਂ ਦੇ ਉੱਤੇ ਅੱਜ ਜਿਹੜੇ ਵੱਖ-ਵੱਖ ਲੋਕ ਨੇ ਕਈ ਕਵਾਰਨਟਾਈਨ ਸੈਂਟਰਾਂ ਦੇ ਵਿੱਚ ਸੀ ਉਹ ਠੀਕ ਹੋ ਰਹੇ ਨੇ ਅਤੇ ਠੀਕ ਹੋਣ ਤੋਂ ਬਾਅਦ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਹੋਣ ਤੋਂ ਬਾਅਦ ਉਹਨਾਂ ਨੂੰ ਵੀ ਉਹਨਾਂ ਦੇ ਘਰੇ ਭੇਜਿਆ ਜਾ ਰਿਹਾ ਪਰ ਪਹਿਲਾਂ ਗੱਲ ਸੁਣ ਲਈਏ ਅਰਸ਼ਪ੍ਰੀਤ ਕੌਰ ਦੇ ਨਾਲ ਜੁੜੇ ਅਫਸਰ ਕਿਵੇਂ ਧੰਨਵਾਦੀ ਹੋ ਰਹੇ ਨੇ ਅ ਜੈਸੇ ਤੁਸੀਂ ਜਾਣਦੇ ਹੋ ਸਾਡੇ ਸਿਚੂ ਸਾਹਿਬ ਐਸਆਈ ਅਸ਼ਪ੍ਰੀਤ ਗਰੇਵਾਲ ਜੀ ਨੂੰ ਕੋਵਿਡ ਡਿਟੈਕਟ ਹੋਆ ਸੀ ਪਰ ਅੱਜ ਉਹ ਪੂਰੀ ਤਰ੍ਹਾਂ ਸਿਹਤ ਹੈ ਠੀਕ ਹੈ ਤੇ ਅੱਜ ਉਹਨਾਂ ਨੂੰ ਹਸਪਤਾਲ ਸੇ ਡਿਸਚਾਰਜ ਕੀਤਾ ਗਿਆ ਹੈ ਔਰ ਉਹਨਾਂ ਨੂੰ ਪਰ ਰਿਸਿਵ ਕਰਕੇ ਵੈਲਕਮ ਜੀ ਆਇਆਂ ਨੂੰ ਕਰਦੇ ਆ ਸਾਡੇ ਵਾਪਸ ਆਇਆ ਹੈ ਠੀਕ ਹੋ ਕੇ ਅ ਮੈਂ ਮੌਕਾ ਲੈਣਾ ਚਾਹਾਂਗਾ ਡੀਐਮਸੀ ਕਾ ਹਸਪਤਾਲ ਦਾ ਸਾਰੇ ਡਾਕਟਰਾਂ ਦੀ ਟੀਮਾਂ ਕਾ ਉਹਨਾਂ ਦਾ ਸਟਾਫ ਪੈਰਾਮੈਡਿਕ ਸਟਾਫ ਔਰ ਦੂਸਰੇ ਸਟਾਫ ਕਾ ਜਿਨ੍ਹਾਂ ਨੇ ਸਾਡੇ ਅਫਸਰ ਦਾ ਬੜਾ ਧਿਆਨ ਰੱਖਿਆ ਤੇ ਉਸਦੀ ਚੰਗੀ ਜਿਹੀ ਤਰ੍ਹਾਂ ਸੋਸੋ ਠੀਕ ਕਰਕੇ ਸਾਨੂੰ ਵਾਪਸ ਅੱਜ ਉਹ ਵਾਪਸ ਫੋਸ ਕੋ ਜੁਆਇਨ ਕਰ ਰਹਾ ਹੈ ਤੇ ਦਿਨ ਨਾਲ ਨਾਲ ਹੀ ਹੁਣ ਤੁਹਾਨੂੰ ਵਿਖਾਉਨੇ ਆ ਕਿ ਸ਼ੰਤੀ ਕੇਂਦਰ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਾਰਕਰ ਹਾਊਸ ਦੇ ਵਿੱਚ ਵੀ 22 ਵਿਦਿਆਰਥੀ ਕਵਾਰਨਟਾਈਨ ਕਰ ਰਹੇ ਨੇ 8 ਵਿਦਿਆਰਥਣਾ ਔਰ 14 ਵਿਦਿਆਰਥੀ ਔਰ ਇਹ ਸਾਰੇ ਕਾਫੀ ਜ਼ਿਆਦਾ ਸੰਤੁਸ਼ਟ ਨੇ ਪਾਰਕਰ ਹਾਊਸ ਦੀਆਂ ਸਹੂਲਤਾਂ ਚੰਗੀਆਂ ਨੇ ਸੋ ਜਦੋਂ ਕੁਆਰੰਟਾਈਨ ਲਈ ਚੰਗੇ ਹਾਲਾਤ ਮਿਲਦੇ ਨੇ ਤਾਂ ਵਿਦਿਆਰਥੀ ਤੇ ਕੁਆਰੰਟਾਈਨ ਕਰਨ ਵਾਲੇ ਕਾਫੀ ਜ਼ਿਆਦਾ ਤਰੋਤਾਜ਼ਾ ਮਹਿਸੂਸ ਕਰਦੇ ਨੇ ਆਓ ਵੇਖਦੇ ਹਾਂ ਇਹਨਾਂ ਵਿਦਿਆਰਥੀਆਂ ਦੇ ਦਿਲ ਦੀ ਗੱਲ ਮੈਂ ਮੇਰੇ ਕੋਲ 21 ਡੇਸ ਕੇ ਲਈ ਕੁਆਰੰਟਾਈਨ ਕੀਤਾ ਗਿਆ ਔਰ मैं थैंकफुल हूं पंजाब गवर्नमेंट का कि हमें इतने अच्छा एटमॉस्फेयर में रखा गया है यहां पे पूरी ग्रीनरी और सब कुछ बहुत बढ़िया है उनके फूड फैसिलिटी भी बहुत अच्छी है ਔਰ ਮੈਂ ਬਹੁਤ ਜ਼ਿਆਦਾ థాంਕਫੁਲ ਹਾਂ ਪੰਜਾਬ ਗਵਰਨਮੈਂਟ ਦਾ ਕਿ ਉਹਨਾਂ ਨੇ ਮੈਨੂੰ ਕੋ ਇਤਨੇ ਅੱਛੇ ਫੈਸਿਲਿਟੀ ਦਿੱਤੀ ਹੈ ਇਤਨੇ ਅੱਛੇ এনਵਾਇਰਨਮੈਂਟ 'ਚ ਰੱਖਿਆ ਹੈ ਸਾਰੀ ਚੀਜ਼ ਸਭ ਕੁਝ ਬਹੁਤ ਅੱਛਾ ਹੈ ਮੇਰਾ ਨਾਮ ਪ੍ਰਿਯੰਕਰ ਮਿਸ਼ਰਾਵਾ ਤੇ ਮੈਂ ਕੋਟਾ 'ਚ ਰਹਿੰਦਾ ਸੀ ਉਧਰ ਮੈਂ ਆਪਣੀ ਸਟੱਡੀ ਫਰਦਰ ਸਟੱਡੀਜ਼ ਕਰ ਰਿਹਾ ਸੀ ਤੇ ਜਦੋਂ ਤੋਂ ਲਾਕਡਾਊਨ ਹੋਇਆ ਮੈਂ ਉਧਰ ਹੀ ਕਾਫੀ ਮੈਨੂੰ ਪ੍ਰੋਬਲਮ ਫੇਸ ਕਰਨਾ ਪਿਆ ਪਰ ਮੈਂ ਪੰਜਾਬ ਗਵਰਨਮੈਂਟ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ ਕਿ ਉਹਨਾਂ ਨੇ ਸਾਨੂੰ ਕੋਟਾ ਤੋਂ ਆਪਣੇ ਘਰ ਲੁਧਿਆਣਾ ਲਿਆਂਦਾ ਫੈਸਲਾ ਕੀਤਾ ਬਹੁਤ ਚੰਗਾ ਇਨੀਸ਼ੀਏਟਿਵ ਲਾਇਆ ਹੈ ਅਸੀਂ ਇੱਧਰ ਕਵਾਰੰਟਾਈਨ ਹੈਗੇ ਆ ਘਰ ਤੋਂ ਦੂਰ ਹੈਗੇ ਆ ਪਰ ਸਾਨੂੰ ਇਸ ਚ ਗੱਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਆ ਅਸੀਂ ਇੱਧਰ ਸੇਫ ਆ ਪੰਜਾਬ ਸਰਕਾਰ ਵੱਲੋਂ ਸਾਨੂੰ ਪੂਰੀ ਚੰਗਾ ਫੂਡ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਬਹੁਤ ਚੰਗੀ ਸਹੂਲਤ ਮਿਲ ਰਹੀ ਆ ਅਸੀਂ ਇੱਧਰ ਪੂਰੀ ਤਰ੍ਹਾਂ ਸੇਫ ਆ ਤੇ ਸਿਕਿਉਰ ਮਹਿਸੂਸ ਕਰ ਰਹੇ ਆ ਇਹਨਾਂ ਦੀ ਪੰਜਾਬ ਸਰਕਾਰ ਵੱਲੋਂ ਜਿਹੜਾ ਸਾਨੂੰ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਆ ਇਸ ਤੋਂ ਸਾਡੇ ਘਰ ਦੇ ਘਰ ਵਾਲੇ ਵੀ ਕਾਫੀ ਟੈਨਸ਼ਨ ਫਰੀ ਆ ਤੇ ਅਸੀਂ ਵੀ ਇੱਧਰ ਸਿਕਿਉਰ ਆ ਸਾਡੀ ਇੱਧਰ ਪੜਾਈ ਵੀ ਅਸੀਂ ਕਰ ਸਕਦੇ ਆ ਸਾਨੂੰ ਪਰਸਨਲ ਇੱਕ ਰੂਮ ਪ੍ਰੋਵਾਈਡ ਕੀਤਾ ਗਿਆ ਹੋਇਆ ਅਸੀਂ ਕਵਾਰੰਟਾਈਨ ਹੈਗੇ ਆ तो आप काफ़ी सेफ महसूस कर रहे हैं मेरा नाम आशीष राणा है और अभी हम कोटा से आए थे हमें यहाँ पे पंजाब सरकार ने क्वारंटाइन में किया है और हम यहाँ पर हमें खाना वगैरह सब अच्छे से मिलता है और फ्री टाइम होता है तो मैं थोड़ा मोबाइल पे पढ़ाई वगैरह भी कर लेता हूँ टाइम पास करने के लिए या हम भगवत गीता पढ़ते हैं हमारे पास वहाँ हम पर टाइम नहीं था भगवत गीता पढ़ने का यहाँ पे पॉजिटिविटी रहती है भगवत गीता पढ़ते हैं हम और सरकार के वालों मैं थैंक यू कहना चाहता ਸਾਡੀ ਸਰਕਾਰ ਨੂੰ ਤੇ ਜੋ ਹਮੇ ਖਾਣਾ ਵਗੈਰਾ ਦਿੰਦੇ ਹੁਣ ਸਭ ਕੋ ਮੈਂ ਥੈਂਕ ਯੂ ਕਹਿਣਾ ਚਾਹੁੰਦਾ ਹਾਂ ਔਰ ਜਿੰਨੇ ਵੀ ਸਾਡੇ ਲੋਕੀ ਕਵਾਰਨਟਾਈਨ ਚ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਪੋਜ਼ਿਟਿਵਿਟੀ ਨਾਲ ਰਹੋ ਤੇ ਆਪਣਾ ਜੋ ਵੀ ਤੁਹਾਡਾ ਕੰਮ ਹੈ ਉਹ ਕਰੋ ਕੋਆਪਰੇਟ ਕਰੋ ਸਰਕਾਰ ਨਾਲ ਤੇ ਸਾਡੇ ਜਿੰਨੇ ਵੀ ਸਟੂਡੈਂਟਸ ਹੈ ਉਹ ਵੀ ਕੋਆਪਰੇਟ ਕਰਦੇ ਨੇ ਸਰਦੇ ਨਾਲ ਤੇ ਤੁਸੀਂ ਵੀ ਕਰੋ ਸੋ ਪੰਜਾਬ ਦੇ ਇਸ ਵੇਲੇ ਦੇ ਵਿੱਚ ਫਿਲਹਾਲ ਇਨਾ ਹੀ ਨਵੇਂ ਤੇ ਤਾਜ਼ੇ ਅਪਡੇਟ ਦੇ ਨਾਲ ਫਿਰ ਮੁਲਾਕਾਤ ਹੋਏਗੀ ਸੁਰਿੰਦਰ ਦਲਨ ਦੀ ਇਜਾਜ਼ਤ ਧੰਨਵਾਦ